ਤਰਨ ਤਾਰਨ ਦੇ ਸਰਹਾਲੀ ਰੋਡ ਤੇ ਸਥਿਤ ਗੁਰੂ ਨਾਨਕ ਆਇਲ ਸਟੋਰ ਤੇ ਪਿਸਤੌਲ ਦੀ ਨੋਕ ਤੇ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਸਟੋਰ ਮਾਲਕ ਮੁਤਾਬਕ ਦੋ ਨੌਜਵਾਨ ਆਏ ਸਨ ਜੋ ਪਿਸਤੌਲ ਦੀ ਨੋਕ ਤੇ 2.5 ਲੱਖ ਰੁਪਏ, 3 ਮੋਬਾਈਲ, 1 ਸੋਨੇ ਦੀ ਮੁੰਦਰੀ ਤੇ ਉਸਦਾ ਰਿਵਾਲਵਰ ਵੀ ਲੈ ਕੇ ਫਰਾਰ ਹੋ ਗਏ। ਗੌਰਤਲਬ ਹੈ ਕਿ ਲੁੱਟ ਵਾਲੀ ਜਗ੍ਹਾ ਤੋਂ ਮਹਿਜ 200 ਮੀਟਰ ਦੀ ਦੂਰੀ ਤੇ ਰੋਜ਼ ਪੁਲਿਸ ਦਾ ਨਾਕਾ ਲੱਗਦਾ ਹੈ, ਪਰ ਫਿਰ ਵੀ ਚੋਰ ਇਸ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਮਾਮਲਾ ਦਰਜ ਕਰ ਕਾਰਵਾਈ ਦੀ ਗੱਲ ਕਹਿ ਰਹੀ ਹੈ। ਮਿੱਟੀ ਦੇ ਤੇਲ ਦੀ ਏਜੰਸੀ ਹੈ ਜੀ ਆਪਣੀ। ਗੱਲਬਾਤ ਸਰ, ਆਏ ਆ ਦੋ ਜਣੇ ਆਏ ਜੀ, ਇੱਕ ਨੇ ਦਾਤਰ ਫੜੀ, ਇੱਕ ਨੇ ਪਿਸਟਲ ਜੀ, ਸਿੱਧਾ ਮੇਰੇ ਇੱਥੇ ਮੱਥੇ 'ਤੇ ਰੱਖੀ ਪਿਸਟਲ ਜੀ। ਮੈਨੂੰ ਕਹਿੰਦੇ ਖੜਾ ਆ, ਤੇਰੇ ਕੋਲ ਰਿਵਾਲਵਰ ਹੁੰਦੀ ਆ ਆਪਣੀ, ਰਿਵਾਲਵਰ ਕੱਢ। ਮੇਰੀ ਤਲਾਸ਼ੀ ਲੈਣ ਲੱਗ ਪਏ ਜੀ, ਮੇਰੀ ਰਿਵਾਲਵਰ ਕੱਢ ਲਈ, ਮੇਰੇ ਹੱਥ ਉੱਪਰ ਕਰਾ ਤੇ ਉਹਨਾਂ ਨੇ, ਠੀਕ ਆ ਜੀ। ਅਤੇ ਉਸ ਤੋਂ ਇਲਾਵਾ ਕੈਸ਼ ਖੜਿਆ ਜੀ, 2.5 ਲੱਖ ਕੈਸ਼ ਸੀਗਾ, ਅਤੇ ਮੇਰਾ ਫੋਨ ਖੜਿਆ ਜੀ, ਆਈਫੋਨ, ਮੁੰਦਰੀ ਖੜੀ ਆ ਮੇਰੀ, ਲਾ ਕੇ ਉਹਨੇ ਸੀ ਜੀ ਦੋਨੋਂ। ਇਹ 3 ਵਜੇ ਦਾ ਟਾਈਮ ਸੀ ਜੀ, ਪੁਲਿਸ ਆ ਗਈ ਇੱਥੇ 3:20। ਇਹ ਜਿਹੜੀ ਮੇਨ ਰੋਡ ਹੈਗੀ, ਇਹਦੇ ਉੱਪਰ ਜਿਹੜੇ ਇੰਡੀਅਨ ਆਇਲ ਵਾਲਿਆਂ ਦਾ ਜਿਹੜਾ ਮਿੱਟੀ ਦੇ ਤੇਲ ਦਾ ਕੰਮਕਾਰ ਸੀ, ਇੱਥੋਂ ਜਿਹੜੇ ਹੈਗਾ 2.5 ਲੱਖ ਰੁਪਇਆ ਦੋ ਜਿਹੜੇ ਨੌਜਵਾਨ ਹੈਗੇ ਆ ਉਹ ਪਿਸਤੌਲ ਦੀ ਨੋਕ ਦੇ ਜਿਹੜਾ ਲੈ ਗਏ ਆ, 3 ਨਾਲ ਮੋਬਾਈਲ ਲੈ ਕੇ ਗਏ ਆ, 1 ਪਿਸਤੌਲ। ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਪਰਚਾ ਦਰਜ ਕਰਕੇ ਅੱਗੇ ਤਹਿਕੀਕਾਤ ਕਰ ਰਹੇ ਹਾਂ, ਜਲਦੀ ਅਸੀਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ। ਇਹ ਜਿਹੜੀ ਮੇਨ ਰੋਡ ਹੈਗੀ, ਇਹਦੇ ਉੱਪਰ ਜਿਹੜੇ ਇੰਡੀਅਨ ਆਇਲ ਵਾਲਿਆਂ ਦਾ ਜਿਹੜਾ ਮਿੱਟੀ ਦੇ ਤੇਲ ਦਾ ਕੰਮਕਾਰ ਸੀ, ਇੱਥੋਂ ਜਿਹੜੇ ਹੈਗਾ 2.5 ਲੱਖ ਰੁਪਇਆ ਦੋ ਜਿਹੜੇ ਨੌਜਵਾਨ ਹੈਗੇ ਆ ਉਹ ਪਿਸਤੌਲ ਦੀ ਨੋਕ ਦੇ ਜਿਹੜਾ ਲੈ ਗਏ ਆ, 3 ਨਾਲ ਮੋਬਾਈਲ ਲੈ ਕੇ ਗਏ ਆ, 1 ਪਿਸਤੌਲ। ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ? ਅਸੀਂ ਪਰਚਾ ਦਰਜ ਕਰਕੇ ਅੱਗੇ ਤਹਿਕੀਕਾਤ ਕਰ ਰਹੇ ਹਾਂ, ਜਲਦੀ ਅਸੀਂ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ। ਤਰਨਤਾਰਨ ਤੋਂ ਸਰਬਜੀਤ ਸਿੰਘ, ਖਬਰ ਹਰਪਲ ਇੰਡੀਆ ਲਈ।